यो पिंड सब तेरा तू अंतर जामी पुरख भगवान दासन दास कहे जन नानक जे हाथों कराए ते हाँ करी वखे क्या हाँ कथी कथे कथ देखा मैं कथ न जाई जो तुझ भवे सोई आखा दिल तेरी बढ़िया जागे अरदास हमारी जियो पिंड सब तेरा सब तेरी वडियाई ओ नानक सब तेरी वडियाई कोई नाम जाने गा मेरी रसना अमृत नाम कर करो चरण हृदय धरो राशन अमृत राम नाम भाखो मेरी प्रीत गोविंद सियों जे न कटे मैं तो मोल महंगी लई जी सट रहो साध संगत बिना पौली उपजे आग बिन भगत न होए तेरी कैलो
एक बेनती हर सियों पैज रखो राजा राम मेरी मेरी रसना ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਦੇ ਯੋਗ ਹੋ ਆਪ ਮਾਈ ਭਾਈ ਹਾਜ਼ਰਾ ਹਜ਼ੂਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹੋ। ਸਤਿਗੁਰਾਂ ਦਾ ਹੁਕਮ ਹੈ ਕਿ ਹਾਜ਼ਰਾਂ ਕੋ ਮਿਹਰ ਹੈ। ਜਿਹੜੇ ਹਾਜ਼ਰਾਂ ਹਜ਼ੂਰ ਸਤਿਗੁਰਾਂ ਦੇ ਹਾਜ਼ਰ ਹੁੰਦੇ ਹਨ ਉਹਨਾਂ ਉੱਤੇ ਮਿਹਰ ਹੈ, ਬਖਸ਼ਿਸ਼। ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਬੇਮਿਹਰ ਹੈ। ਜਿਹੜੇ ਹਾਜ਼ਰ ਨਹੀਂ ਹੁੰਦੇ, ਸਤਿਗੁਰ ਕਹਿੰਦੇ ਸਮਝ ਲਓ ਕਿ ਅਕਾਲ ਪੁਰਖ ਦੀ ਕਿਰਪਾ ਨਹੀਂ ਹੈ, ਮਿਹਰ ਨਹੀਂ, ਬਖਸ਼ਿਸ਼ ਹੋਈ ਹੈ ਗੁਰਾਂ ਦੀ। ਲਗਾਤਾਰ ਸਤਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਭਗਤ ਰਵਿਦਾਸ ਮਹਾਰਾਜ ਬਚਨ ਕਰਦੇ ਨੇ ਬਾਣੀ ਵਿੱਚ ਹਾਜ਼ਰ ਹੋਣ ਦਾ ਤਰੀਕਾ, ਹਾਜ਼ਰੀ ਭਰਨ ਦਾ ਤਰੀਕਾ। ਚਿੱਤ ਸਿਮਰਨ ਕਰੋ, ਚੇਤੇ ਦੇ ਵਿੱਚ ਬੁੱਧੀ ਦੇ ਵਿੱਚ ਪਰਮੇਸ਼ਰ ਦੀ ਯਾਦ। ਨੈਣ ਅਵਲੋਕਨੋ, ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ। ਸਰਵਣ ਬਾਣੀ ਸਜਾ ਸਪੂਰ ਰੱਖੋ। ਭਗਤ ਜੀ ਮਹਾਰਾਜ ਕਹਿੰਦੇ ਕੰਨਾਂ ਨੂੰ ਵਾਹਿਗੁਰੂ ਦੀ ਬਾਣੀ ਨਾਮ ਦੀ ਧੁਨ ਨਾਲ ਪੂਰ ਰੱਖੋ, ਭਰੇ ਲਾਓ। ਗੜਵੀ ਦੁੱਧ ਹੀ ਭਰ ਲਈਏ ਤੇ ਹੋਰ ਉੱਥੇ ਪਊਗਾ ਹੀ ਕੀ? ਫਿਰ ਭਾਂਡਾ ਜਿਹੜਾ ਭਰੇ ਲਿਆ ਤੇ ਬਾਕੀ ਹੋਰ ਕਿੱਥੇ ਪਊ? ਫਿਰ ਬਾਣੀ ਦੇ ਨਾਲ, ਸ਼ਬਦ ਨਾਲ ਕੰਨਾਂ ਨੂੰ ਭਰ ਲਓ, ਹੋਰ ਵਾਕੇ ਨਾਲ ਗਾਂ। ਫਿਰ ਮਨ ਦੀ ਗੱਲ ਆ ਗਈ, ਮਨ ਸੋ ਮਧੁ ਕਰ ਕਰੋ। ਮਧੂ ਕਰ ਕਹੀਏ ਮਧੂ ਮੱਖੀ ਸ਼ਹਿਦੀ, ਚਰਨ ਹਿਰਦੇ ਧਰੋ। ਜਿਵੇਂ ਸ਼ਹਿਦ ਦੀ ਮੱਖੀ ਦੇ ਹਿਰਦੇ ਵਿੱਚ ਸ਼ਹਿਦ ਤੋਂ ਬਿਨਾਂ ਕਿਸੇ ਚੀਜ਼ ਨੂੰ ਜਗ੍ਹਾ ਹੀ ਨਹੀਂ,
इस तरह गुरु दे चरण हिरदे च वसा ले। जिथे शहद का गुच्छा लिखा होवे मुख्याल हीरे मोती जवाहरात सोने चांदी बिछा दो धरती ते, वो शहद दी मक्खी ने वेखना ही नहीं भी की पे कोई ख्याल है। इस तरह हिरदे विच गुरु दे चरण वस जान, जिमें शहद तो बिना उस मक्खी दे मन विच है ही कुछ नहीं था। मन सो मद कर करो चरण हिरदे धरो, रसने अमृत राम नाम पाखो। भाई बोलन का भी हुक्म किया भगत रविदास जी ने कि रसना दे नाल बाणी बोलो। मेरी प्रीत गोबिंद सिंह जे ना कट, फिक्र लगे है चिंता लगी है भगत जी नो कि ते प्रभु प्यारे दे नाल प्रीत घट ना जावे। क्यों क्यों ना घट जावे, क्यों फिक्र लग गया। मैं तो मोल महंगी लई जी सठ है, हो गुरमुखो इतों भी तीह पंजाह रुपये की चीज ले आओ मुल पंसारी तो। जरा ख्याल जहा हों भी कितने घटना तोलती होवे पूरी भी है, तो जेड़ी चीज भगत रविदास कहिंदा जीवन दे वटे लई होवे। मैं तो मोल महंगी लई जी सठ है, हो तो जीवन का वटा सटा लाया है, तो प्रभु की प्रीत वाहिगुरु की प्रीत परमेश्वर की प्रीत हो जीवन के वटे बिना मिलनी भी नहीं। गुरमुखो ना विद्या पुजती है उत्थे चतुराई, ना चतुर पुज पाई, ना उत्थे ताकत पुजती है, ना उत्थे धन दौलत पुजदा। मैं तो मोल महंगी लई जी सट, उस वाहिगुरु की प्रीत जे लैनी है तो जीवन की बाजी लाउणी पे। केड़ी बुद्धि नाल उहनूं मापेगा, केड़ी बुद्धि नाल उहनूं जोखेगा, किस माप दे नाल उहदी परख करेगा, केड़ी शक्ति दे नाल उहनूं तोलेगा। ताहीं तां गुरदेव कह रहे ने
ਕਿਹੜੀ ਚੀਜ਼ ਨਾਲ ਪਹੁੰਚੇਗਾ ਉੱਥੇ? ਉੱਥੇ ਤਾਂ ਇੱਕੋ ਹੈ ਪਹੁੰਚ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟ। ਆਪਾਂ ਤਾਂ ਹੋਰਾਂ ਗੱਲਾਂ ਨਾਲ ਵਾਹਿਗੁਰੂ ਦਾ ਪਿਆਰ ਟੋਲਦੇ ਫਿਰਦੇ ਹੈ, ਉਹ ਤਾਂ ਜੀਵਨ ਮੰਗਦਾ। ਪਲਟੂ ਬੜੇ ਵਿਦਵਾਨ ਹੋਏ ਨੇ, ਲੱਖਾਂ ਚੇਲੇ ਉਹਨਾਂ ਦੇ, ਮਹਾਂਪੁਰਸ਼ ਹੋਏ ਨੇ ਵੱਡੇ। ਉਹ ਚੇਲਿਆਂ ਨੂੰ ਕਹਿੰਦੇ ਤੁਸੀਂ ਸਾਰੇ ਬੇਵਕੂਫ ਹੋ। ਚੇਲੇ ਕਹਿੰਦੇ ਮਹਾਰਾਜ ਕਿਹੜਾ ਉਗਣ, ਕਹਿ ਤੁਸੀਂ ਸਾਰੇ ਕਹਿੰਦੇ ਹੋ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ। ਕਹਿੰਦੇ ਹਾਂਜੀ ਹੈਗਾ, ਤੁਹਾਤੋਂ ਵੱਧ ਸਾਨੂੰ ਪਿਆਰਾ ਹੀ ਕੌਣ ਹੈ? ਕਹਿੰਦਾ ਤਾਂ ਹੀ ਤਾਂ ਬੇਵਕੂਫ ਹੋ। ਹੱਥ ਬੰਨ ਚੇਲੇ ਮਹਾਂਪੁਰਸ਼ ਪਲਟੂ ਨੂੰ ਕਹਿਣ ਲੱਗੇ, ਦੱਸੋ ਤਾਂ ਸਹੀ, ਪਲਟੂ ਬੜੇ ਬੇਕੂਫ ਹੈ, ਆਸ਼ਿਕ ਬਣਨੇ ਜਾਹੇ। ਬੜੇ ਬੇਵਕੂਫ ਹੋ ਤੁਸੀਂ ਜਿਹੜੇ ਪ੍ਰੇਮੀ ਬਣਦੇ ਫਿਰਦੇ ਹੋ। ਉਹ ਕਹਿੰਦੇ ਮਹਾਰਾਜ ਉਗਣ ਤਾਂ ਦੱਸ ਦਿਓ ਕਿਹੜਾ। ਕਹਿੰਦਾ ਉਗਣ ਇਹੀ ਹੈ, ਨਾਲੇ ਸਿਰ ਲਈ ਫਿਰਦੇ ਹੋ, ਨਾਲੇ ਪ੍ਰੇਮੀ ਹੋ। ਅਜਿਹੇ ਆਖੋ ਸਾਧਨਾ, ਸੀਸ ਉਤਾਰੇ ਆਪਣਾ ਸਹਿਜ ਆਸ਼ਕੀ ਨਾਹੀਂ। ਉਹ ਸਿਰ ਵੀ ਨਾਲ ਹੈ ਤੇ ਆਸ਼ਕ ਵੀ। ਉਸ ਭਗਵਾਨ ਦਾ ਜੇ ਪਿਆਰ ਲੈਣਾ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਕਿਸੇ ਨੂੰ ਸਾਈਕਲ ਵੀ ਦੇ ਦੀਏ, ਦਾਦਾ ਦੇਖੀ ਬਚਾ ਕੇ ਚਲਾਈ, ਪੈਂਚਰ ਨਾ ਕਰ ਲਈ। ਉਹ ਵਾਹਿਗੁਰੂ ਦੀ ਪ੍ਰੀਤ ਕਦੇ ਟੁੱਟ ਨਾ ਜਾਵੇ। ਰਵਿਦਾਸ ਕਹਿੰਦਾ, ਮੇਰੀ ਪ੍ਰੀਤ ਗੋਬਿੰਦ ਸਿਉ ਜੇ ਨਾ ਘਟ ਹੈ। ਕਿਤੇ ਘੱਟ ਨਾ ਹੋ ਜਾ। ਕਿਉਂ ਡਰ ਹੈ? ਕਿਉਂਕਿ ਜੀਵਨ ਦੇ ਕੇ ਪ੍ਰੀਤ ਲਈ, ਆਪਾ ਵਾਰ ਕੇ ਪ੍ਰੀਤ ਲਈ, ਪੈਸਿਆਂ ਨਾਲ ਵੱਟਿਆਂ ਨਾਲ ਤੋਲ ਕੇ। ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਟ। ਦੱਸਿਆ ਗੁਰੂ ਅਰਜਨ ਦੇਵ ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਹਾਂ, ਕਿਵੇਂ ਮਿਲਦੀ ਆ ਉਹਦੀ ਪ੍ਰੀਤ, ਕਿਵੇਂ ਮਿਲਦਾ ਉਹਦਾ ਪਿਆਰ। ਪ੍ਰੀਤ ਕਰ ਜੈਸੀ ਮਛਲੀ ਨੀਰ, ਇਹ ਆਪਾਂ ਨੂੰ ਆਖਿਆ। ਜੇ ਗੁਰਾਂ ਨਾਲ ਪ੍ਰੀਤ ਕਰਨੀ ਹੈ, ਦੇਖੋ ਹੈ ਤਾਂ ਬੰਦਾ ਉੱਤਮ ਗੁਣ ਹੈ ਨਾ, ਬੰਦਾ ਸਭ ਦਾ ਸਰਦਾਰ। ਤੇ ਸਮਝਾਉਂਦੇ ਨੇ ਮੱਛੀ ਨੂੰ ਮੂਹਰੇ ਰੱਖ ਕੇ ਗੁਣ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇੱਕ ਤੁਕ ਦੇ ਵਿੱਚ, ਕਿਸੇ ਨੂੰ ਚਾਚਾ ਬਣਾਉਣਾ, ਕਿਸੇ ਨੂੰ ਤਾਇਆ ਬਣਾਉਣਾ, ਕੋਈ ਪੁੱਤ ਬਣਾਈ ਫਿਰਦਾ, ਕੋਈ ਧੀ, ਕੋਈ ਘਰ ਵਾਲੀ, ਕੋਈ ਅੰਮਾ, ਕੋਈ ਦਾਦੀ, ਕੋਈ ਫਰੈਂਡ ਹੈ, ਕੋਈ ਰਿਸ਼ਤੇਦਾਰ ਹੈ, ਸਭ ਨਾਲ ਸਾਂਝ ਪਾਈ ਫਿਰਦਾ ਨਾ। ਸਤਿਗੁਰ ਕਹਿੰਦੇ ਜੇ ਸਾਂਝ ਪਾਉਣੀ ਹੈ, ਸਾਂਝ ਕਰੀ ਜੈ ਗੁਣ ਕੇਰੀ। ਜੇ ਕਿਸੇ ਨਾਲ ਮਿੱਤਰਚਾਰ ਪਾਉਣਾ ਤਾਂ ਗੁਣਾਂ ਨਾਲ ਸਾਂਝ ਕਰ, ਗੁਣਾਂ ਦੀ ਸਾਂਝ ਪਾ। ਜੇ ਕਿਸੇ ਨੂੰ ਛੱਡਣਾ ਤਾਂ ਕੀ ਦੇਖਣਾ ਫਿਰ? ਜੇ ਕਿਸੇ ਨਾਲ ਤੋੜਨੀ ਹੈ ਪ੍ਰੀਤ ਤਾਂ ਇੱਕ ਕੰਮ ਤੇ ਤੋੜੀ, ਪੈਸਿਆਂ ਪਿੱਛੇ ਨਾ ਤੋੜੀ। ਕਾਹਤੋਂ ਤੋੜੇ? ਛੋੜ ਅਵਗੁਣ ਚੱਲੀਏ। ਜੇ ਗੁਣ ਵੇਖਦੇ ਨੇ ਤਾਂ ਮਿੱਤਰਚਾਰਾ ਪਾ ਲਿਆ, ਜੇ ਅਵਗੁਣ ਨਾ ਬੋਲੀ ਉਹਦੇ ਨਾਲ, ਕੋਈ ਨਾ ਉਹਦੇ ਨਾਲ ਮੁੜ ਕੇ ਵੇਖੀ ਨਾ ਉਹਨੂੰ। ਸਾਂਝ ਕਰੀ ਜੈ ਗੁਣ ਹੈ ਕੇਰੀ, ਛਾੜ ਅਵਗੁਣ ਚੱਲੀਏ। ਜਿੱਥੇ ਉਗਣ ਵੇਖਦੇ ਕਿ ਨਹੀਂ ਸੱਜਣ ਮਿੱਤਰ ਨਜ਼ਦੀਕੀ ਹੈ, ਛੱਡ ਦੇ, ਤੁਰ ਜਾ ਉੱਥੇ। ਤੇ ਜਿੱਥੇ ਗੁਣ ਵੇਖਦਾ ਉਹਦੇ ਨਾਲ ਸਾਂਝ ਪਾ ਲੈ ਕੋਈ ਰਿਸ਼ਤਾ ਉਹਦੇ ਨਾਲ। ਮਨੁੱਖ ਜਨਮ ਉੱਤਮ ਪ੍ਰਮਾਣ ਦਿੰਦੇ ਨੇ ਸਾਨੂੰ ਸਮਝਾਉਣ ਖਾਤਰ, ਕੁੱਤਿਆਂ ਦੇ, ਸੂਰਾਂ ਦੇ। ਦੁੱਖ ਨਾ ਮਨਾਇਓ, ਇਹ ਪ੍ਰਮਾਣ ਕਿਉਂ ਦਿੱਤੇ ਨੇ? ਆਪਾਂ ਸੁੱਖ ਨਾਲ ਇਹਨਾਂ ਤੋਂ ਵੀ ਗਾਹਾਂ ਲਾਂਗੇ। ਅਜਿਹੇ ਆਖੋ ਵੀ ਸਮਝਾਉਣਾ ਹੀ ਪਿਆ। ਮਿਸਾਲ ਦਈਏ,
जो थानेदार गलती करे तो हौलदार बनना ही पैंदा है। आखो सतनाम कोई मोटी गल है पर गल नहीं, हौलदार गलती करते सिपाही चौरासी लगता सरदार परौगण इन्हें कट्ठे कर ले तेन नीवियां श्रेणियां तुलना दे ले आंदा हेठ नूं खिच के। सरकार ने तो एस पी बनाया तहसीलदार बनाया पर गलती की तो कानू को लगना पे पटवारी लगना। यही गल अपनी मनुख जान में समझा रहे ने कुत्ते का प्रमाण देखे नवे पातशाह की वचन करते ने स्वामी को ग्रह जीव सदा स्वान तजत नहीं नित। और बंदे एवं संग्रांद ना देगा चुकियां फिर कर मसिया ना उठा भजया कर गुरु दे कोल फिर करे की नित हर रोज जिमें कुत्ते कुत्ता मालक दे दर नू नित नहीं छड़दा। कैसा तन गुरु नानक नेम ने तो ओदा ये गुण वेख के अपने आप नू कूकर कह दिता सग नानक दीवाना मस्ताना। सगना फारसी विच कुत्ते दा हां कूकर तेरे दरबार पौके आगे बदन पसार। बदन ना मुखद है चे पौकण तो ना जी प्यार दी आवाज मालक दे आए तो कुत्ता अपने मुंह तो बदन मुख बहुत खुश होंगे ने ते किते बुले दी नदरी चढ़ गए कुत्ते उन्हें तफरीन कर दती। अपने चेले नू कहिंदा ओ एवीं ना मान करियो भी रात नू तस्वी फेर दियो माला फेर दियो रात नू मान करियो भूंजे सोने एवीं ना मान करियो रुखी सुखी खा लैंदे हो। ये कादियां गल्लां ने रात जागण दा ईमान हो जांदा ए जी एक बजे उठदा है ते अठ बजे तक समाधि नौ बजे हाजरी खा के चार बजे उठदा तीए पैर अजखे आखो वो तो पीरियड है नींद का चाहे रात नू पूरा कर ले चाहे दिन नू कर ले। कंपीटीशन करा दो चीजा का जिन्हें सारा दिन सोवन संख बजाना है तो रात नू रीत कितने आजूगी बी घर चाहगा जो रात नू सौ दिन नू सौ लवे ना तो रात नू फिर कहूगा भी गल्लां करो मैं तुहानू भी नहीं सौन देना क्योंकि अपना कोटा ने दिन च पूरा कर लिया उत्थे उन्नी आनी है। बुला कहिंदा राती जागे भगत सदावन राती जागण कुत्ते और चेले चटड़े हो कहते रात नू जागण करके ही भगत ना बन जाओ। साढ़े को आनंदपुर कलाउड उत्थे एक महापुरश होए बारह साल अंब तो ही नहीं उतरे बाबा रोडू जी उन्हां दी समाधि है बाबा बीर अमदास जी दे चेले सी बदौची वाले बारह साल अंब तो ही बैठे गए। एक होर साध आ गया वो तो भी कहां सी वो अंब दे हेठ जाके कहना संता किन्ना चिर हो गया अंब तो चढ़े कहना बारह साल हो गए उतरिया कहना घुगियां घटारा दरख्तों ती रहनी है खे आखो साज आ कहते आ चलिए तुर फिर के मेला वेखिए दुनिया का जदे उतरिया साध। बुला कहंदा राती जागण भगत सदावन राती जागण कुत्ते तै कुन उत्ते सौंदे ही नहीं ओ रुखी सुखी खा मालक दी जा रोड़ा ते सते। इत कहते सादा भोजन छकदे मैं भूंजे पैने हे जई जी मालक पा दे खा के रोड़ा ते सौ जाने कमाण डर मालिक दा कदे न छड़न सहवारी भावे कुटे। स्वामी को गयो जीव सदा स्वान तजत नहीं नित। सौ बार कुट लवे मालिक मुड़ मुड़ के मालिक दे पैरां नूं आऊगा डांगा मार मार घर तों कढ देवे फिर मालिक दे दर ते आऊगा।
ਇੱਥੇ ਹੋਰੇ ਕੰਮ ਹੈ। ਇੱਥੇ ਜਿਹਨੂੰ ਅਗਲੇ ਸਾਲ ਪ੍ਰਧਾਨ ਨਾ ਬਣਾਓ ਮੁੜ ਕੇ ਗੁਰਦੁਆਰੇ ਨਹੀਂ ਆਉਂਦਾ, ਉਹ ਨਾ ਮੁੜ ਕੇ ਮੱਥਾ ਟੇਕ ਗਿਆ, ਨਾ ਮੈਂ ਕੀ ਕਰਨਾ ਉੱਥੇ ਵਿੱਚ। ਕੁੱਤੇ ਚੰਗੇ ਹੋ ਗਏ ਸੀ, ਉਹ ਛੱਡਦੇ ਨਹੀਂ ਡਰ। ਤੂੰ ਸੈਕਟਰੀ ਬਣੇ ਪਿੱਛੇ ਗੁਰਦੁਆਰੇ ਜਾਣਾ ਬੰਦ ਕਰਤਾ, ਉੱਥੇ ਮੈਨੂੰ ਗਾਹਾਂ ਲੈ ਕੇ 5-4 ਹਜ਼ਾਰ ਮੀਲ ਕੈਨੇਡਾ 'ਚ ਪ੍ਰਸ਼ਾਦਾ ਛਕਣ ਨੂੰ ਤੁਹਾਡੇ ਘਰੇ ਜਾਣਾ, ਹੋਰ ਕਿੱਥੇ ਜਾਈਏ। ਲੈ ਜੇ ਕਰਨ, ਸਾਨੂੰ ਕੀ ਪਤਾ ਵੀ ਵਿੱਚ 'ਤੇ ਕਿਹੜੇ ਕਿਹੜੇ ਲੂਣ ਮਿਰਚਾਂ ਪਾਈਆਂ ਹੋਈਆਂ ਤੁਹਾਡੇ ਅੰਦਰ। ਸਾਨੂੰ ਤਾਂ ਦਾਲ ਸਬਜ਼ੀ ਦਾ ਹੀ ਪਤਾ ਵੀ ਕਿਹੜੀ ਲੂਣ ਮਿਰਚ ਇਹਦੇ ਅੰਦਰ, ਪਰ ਅੰਦਰਲੀਆਂ ਦਾ ਕਿਹੜੇ ਪਤਾ ਵੀ ਕਿਹੜੀਆਂ ਕਿਹੜੀਆਂ ਮਿਰਚਾਂ ਮਸਾਲੇ ਹੈਗੇ। ਉਹ ਬੈਠ ਗਿਆ ਜੀ ਪ੍ਰਧਾਨ ਪ੍ਰਸ਼ਾਦਾ ਛਕਾਉਣ, ਕਹਿੰਦਾ ਮਹਾਰਾਜ ਬੜੀ ਕਿਰਪਾ ਕਰੀ ਤੁਸੀਂ ਆਏ। ਮੈਂ ਠੀਕ ਹੈ, ਬੜਿਆਂ ਨੂੰ ਅੰਬਰ ਛਕਾ ਤਾ ਠੀਕ, ਪਰ ਕਹਿੰਦਾ ਜਦੋਂ ਤੁਸੀਂ ਅਗਲੀ ਵਾਰੀ ਆਓਗੇ ਨਾ ਫੇਰ ਵੇਖਿਓ। ਮੈਂ ਕਿਹਾ ਫੇਰ? ਕਹਿੰਦਾ ਸਾਨੂੰ ਬਹਿਣ ਲੈਣ ਦਿਓ ਪ੍ਰਧਾਨ, ਅਸੀਂ ਗੁਰਦੁਆਰੇ ਦਾ ਸੁਧਾਰ ਕਰ ਦੇਣਾ। ਮੈਂ ਰੋਟੀ ਤਾਂ ਛਕਲੀ ਨੂੰ ਹੱਥ ਬੰਨ ਕੇ ਕਿਹਾ, ਮੈਂ ਪ੍ਰਧਾਨ ਗੁਰਦੁਆਰੇ ਆਪਣੇ ਆਪ ਨੂੰ ਸੁਧਾਰਨ ਚਾਹੀਦਾ ਕਿ ਗੁਰਦੁਆਰੇ ਨੂੰ ਸੁਧਾਰਨ ਚਾਹੀਦਾ? ਉਹ ਭਲੇ ਮਾਨ ਸਾਹਿਬ, ਗੁਰਦੁਆਰੇ ਤਾਂ ਆਪ ਸੁਧਰਨ ਚਾਹੀਦਾ, ਤੂੰ ਗੁਰਦੁਆਰੇ ਨੂੰ ਸੁਧਾਰਨ ਲੱਗ ਗਿਆ, ਇਹਦਾ ਮਤਲਬ ਗੁਰਦੁਆਰੇ 'ਚ ਨੁਕਸ ਹੈ। ਤੂੰ ਕੰਪਲੀਟ ਹੈ, ਤੂੰ ਪਰਫੈਕਟ ਹੈ, ਗੁਰਦੁਆਰਾ ਜੀ ਇਨਕੰਪਲੀਟ ਹੈ। ਸਾਨੂੰ ਬਣ ਜਾਣ ਦਾ ਜੀ, ਕਮੇਟੀ ਵਿੱਚ ਵੇਖੋ। ਫਿਰ ਆਦਤ ਪੈ ਗਈ ਆਪਣੀ, ਭਾਵੇਂ ਕਿ 29 ਦਿਨ ਜਾ ਬਾਅਦ ਜਾ ਕੇ ਮੱਥਾ ਟੇਕੇ ਤੇ ਭਾਈ ਜੀ ਨੇ ਠੇਕਾ ਠੇਕੀ ਜ਼ਰੂਰ ਕਰੂਗਾ, ਤੇ ਰਮਾਲੇ ਠੀਕ ਨਹੀਂ ਲਾਏ। ਆਪ 31ਵੇਂ ਦਿਨ ਗਿਆ ਗੁਰਦੁਆਰੇ, ਰਮਾਲੇ ਠੀਕ ਨਹੀਂ। ਇਹ ਜਿਹੜਾ ਬੋਲੇ ਸੋ ਨਿਹਾਲ ਹੈ ਨਾ, ਇਹਨੂੰ ਵੀ ਥੋੜ੍ਹਾ ਜਿਹਾ ਹਿਸਾਬ 'ਚ ਰੱਖਣਾ ਚਾਹੀਦਾ। ਇਹ ਬੋਲੇ ਸੋ ਨਿਹਾਲ ਤਾਂ ਕਦੇ ਚੜ੍ਹਾਈ ਖਾਲਸੇ ਨੇ ਕਰਨੀ ਹੋਵੇ, ਅਜੇ ਬਾਅਦ 'ਚ ਆਪਾਂ ਕਹਿੰਦੇ ਹਾਂ ਨਾ ਵੀ ਆਪਣੀ ਚੜ੍ਹਾਈ ਕਰਨੀ, ਤੁਰ ਪੈਣਾ, ਫਿਰ ਇੱਥੋਂ ਬੈਠਣਾ ਨਹੀਂ ਇੱਥੇ ਬੋਲੇ ਸੋ ਨਿਹਾਲ ਤੋਂ ਬਾਅਦ, ਫਿਰ ਤਾਂ ਗੱਲ ਮੁੱਕ ਗਈ। ਇਹਦਾ ਤੁਰਨਾ ਹੋਵੇ ਕਿਤੇ ਬਈ, ਹੱਲਾ ਗੁੱਲਾ ਕਰਨਾ, ਚੜ੍ਹਾਈ ਕਰਨੀ ਹੈ, ਕੋਈ ਸੁਸਤ ਨਾ ਰਹਿ ਜਾਵੇ। ਹਾਂ ਤੇ ਹੁਣ ਸੁੱਖ ਨਾਲ 4 ਪੈਸੇ ਚੜ੍ਹਾਈ ਹੋ ਹੈ, ਕਿਸੇ ਪਾਸੇ ਸ਼ਾਂਤੀ ਤਾਂ ਹੈ ਹੀ ਨਹੀਂ, ਕਿਉਂਕਿ 4 ਸਵੇਰੇ ਹੀ ਕੰਮ ਚੱਲਣ ਡਿਆ। ਚੜ੍ਹਾਈ ਤੋਂ ਬਿਨਾਂ ਹੁਣ ਗੱਲ ਕਿਹੜੀ ਹੈ ਇੱਥੇ? ਤੇ ਸਤਿਗੁਰ ਪ੍ਰਮਾਣ ਦਿੰਦੇ ਨੇ, ਉਹ ਗੁਰੂ ਦੇ ਆ ਪਿਆਰੇ, ਏਦਾਂ ਜੁੜ ਜਾ ਗੁਰੂ ਨਾਲ ਜਿਵੇਂ ਕੂਕਰ ਮਾਲਕ ਦੇ ਦਰ ਨਾਲ ਜੁੜਿਆ ਹੈ। ਦਰ ਮਾਲਕ ਦਾ ਕਦੇ ਨਾ ਛੱਡਣ ਸਹਿਵਾਰੀ, ਭਾਵੇਂ ਕੁੱਟੇ ਉਠ ਬੁੱਲਿਆ, ਤੂੰ ਤੇ ਸੁੱਤਾ ਹੀ ਰਹਿ ਗਿਆ ਤੇ ਬਾਜੀ ਲੈ ਗਏ ਕੁੱਤੇ। ਇੱਕ ਹੋਰ ਪ੍ਰਮਾਣ ਸੁਣ ਲਓ, ਬੜੀ ਮਾੜੀ ਜੂਨੀ ਗਿਣਦੇ ਆਪਾਂ ਸੂਰ ਨੂੰ, ਮਾੜੀ ਹੈ ਨਾ। ਕਈ ਵਿਚਾਰੇ ਔਖੇ ਵੀ ਹੋਣਗੇ ਮੇਰੇ ਕਹੇ ਤੇ ਵੀ ਮਾੜੀ ਹੈ, ਉਹ ਗੱਫੇ ਹੀ ਲਾਈ ਜਾਂਦੇ, ਮਾੜੀ ਕਿਹਨੂੰ ਕਿਹਨੂੰ ਕਹੀ, ਹੁਣ ਕਿਹਨੂੰ ਕੁਝ ਕਰ ਲਾਂਗੇ। ਇੱਥੇ ਮੰਨੀ ਹੋਈ ਹੈ ਕਿ ਸੂਰ ਦੀ ਜੂਨੀ ਮਾੜੀ। ਧੰਨ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕੀ ਹੈ, ਕਬੀਰ ਸਾਕਤ ਤੇ ਸੂਕਰ ਭਲਾ। ਕਬੀਰ ਕਹਿੰਦਾ ਸ਼੍ਰੋਮਣੀ ਭਗਤ, ਸਾਕਤ ਦਾ ਅਰਥ ਹੈ ਪੰਜਾਬੀ ਵੀ ਜਿਸ ਨੂੰ ਸ਼ਕਤੀ ਤੇ ਮਾਇਆ ਤੇ ਆਧਾਰ ਹੋਵੇ, ਸਾਕਤ ਆਸਕਤ ਮਾਇਆਧਾਰੀ, ਪਰਮੇਸ਼ਰ ਨੂੰ ਭੁੱਲਿਆ ਹੋਇਆ। ਉਹਦੇ ਨਾਲੋਂ ਕਬੀਰ ਕਹਿੰਦਾ ਸੂਰ ਚੰਗਾ, ਸਾਕਤ ਤੇ ਸੂਕਰ ਭਲਾ। ਉਹ ਚੇਲੇ ਚੜੜੇ ਕਬੀਰ ਦੇ, ਕਹਿੰਦੇ ਭਗਤ ਮਹਾਰਾਜ ਜੀ, ਬੰਦੇ ਦੀ ਜੂਨੀ ਤਾਂ ਬਹੁਤ ਉੱਚੀ ਹੈ, ਸੂਰ ਬੰਦੇ ਨਾਲੋਂ ਚੰਗਾ ਕਿਵੇਂ ਹੋ ਜਾਊਗਾ? ਕਬੀਰ ਨੇ ਕਹਿਤਾ, ਰੱਖ ਅੱਛਾ ਗਾਓ, ਉਹ ਸੂਰ ਚੰਗਾ ਸਾਕਤ ਨਾਲੋਂ, ਉਹ ਪਿੰਡ ਦੇ ਆਲੇ ਦੁਆਲੇ ਤੇ ਗੰਦਗੀ ਖਾ ਕੇ ਜਗ੍ਹਾ ਸਾਫ਼ ਕਰ ਦਿੰਦਾ। ਗੰਦਗੀ ਖਾਧੀ ਤੇ ਜਗ੍ਹਾ ਸਾਫ਼, ਗੰਦਗੀ ਖਤਮ ਕਰਦਾ।
सूर गंदगी साफ करता तो सागत ने गंदगी पानी है तो सूरे चंगा है। रे मन ऐसी कर सिउ प्रीत कर जैसी मछली नीर, मेरी प्रीत गोविंद सिउ जे ना खटे मैं तो मोल महंगी लई जी सटे। कैसी प्रीत है जीवन दे के मुल लई कोई चीज कितने घटनी चाहिए है फिक्र लगे हो तो बदनी चाहिए वो कितने पिंगड़ा ना पै जावे। जीवन दी बाजी ला के खरीदी हुई वस्तु जाओ तन चीरो अंग न मोरो पिंड पर है तो प्रीत न तोरो। वो तो कटन का डर है इको अरदास कर दती केड़ी अरदास या मेरे प्यारे प्रीतम माही वाहिगुरु तू मुख ना मोड़ी आरे नाल चीरने ते चीर दे अज खे आखो सतनाम जाओ तन चीरो करवट भला न करवट तेरी लाग गले सुन बेनती मेरी। इको बेनती है करवट नाम है बदलन दा की करवट ले ली। एक करवट दा अर्थ है करवत आरा सिर करवत तराए एक करवट तब्दीली एक करवट आरा। भगत कहिंदा आरे नाल चीरिया जाना तो मंजूर है पर तेरा मुख फेरना मंजूर नहीं है। प्यार नाल पढ़ लो करवट भला न करवट दे। जे प्रीत करनी है प्यार पाना है तो जैसे मछली नीर जीव अद कहो त्यों सिख कणो मन तन शांत सरीर। मारी जड़े छला पानी इधर उधर झोले पानी दे सिट देन धक्के मारे उस प्यारे दे धक्या विचों भी शांति है। मंतन शांत शरीर इत तो संगत बच्चे किसी का गोडा जा मोडा लग जाए तो डांग चकन तैयार इन तुरने ही नहीं आता कद स्कूल खोल लुरने सिखा तू दसे दे भी कि तुरी दे
संगत विच भी नहीं जीव हद को जीव तक्के मारदा पानी मन तन शांत से कैसी प्रीत मैं तो मोल महंगी लई जी सट जीदा वटा सटा लाता मच्छी ने ले प्यारिया जे तू दूर होने ता फिर जी के की लेने जीवन खत्म। सैंस चंद्रमा तो पुज गई कि मच्छी नू पानी तो मैंने जवा के दिखा दे क्यों नहीं जीवी। रे मन ऐसी हर सिउ प्रीत कर और गुरु ग्रंथ साहिब विच लिखी हुई उपमा उस प्यार दी उपमा कोई छोटी गल नहीं होगी जेड़ी गुरु ग्रंथ साहिब ने तईद कर दी। रे मन ऐसी हर सिउ प्रीत कर जैसी जल दुध होए कर दिया चीजा जल पानी ते दुध दोहां दी प्रीत है पानी तो दुध दी प्रीत गुरु ग्रंथ साहब दा प्रमा ही गिलास ले लो दुध दा गिलास ले लो पानी दा मिला दो विच धर दो चुले दे उते आ वटन आपे खवे आ वटन नाम उबालियां दा ज्यों ज्यों उबाले आउणगे पानी सड़ूगा दुध नूं नहीं सड़न दिंदा। जिन्ना चिर दुध विच पानी है दुध नू लाच लागे आप सड़ जूगा नित दी क्रिया तुहाडे सामने जद पानी खत्म हो जूगा फिर दुध नू आंच लगूगी। प्रीत है आपस विच जैसी जल दुध होए आ वटने आपे खवे दुध तो खवण ना दे प्रेम है ना आनंद आए ना प्रेम। हुण गल थोड़ी जी गाह भी है का तो नहीं सड़न दिता दुध नूं कारण की है पानी सोचदा है हो भलिया मानसा तू तो पानी सी फोका की तेरी कीमत दुनिया ना तेरा कोई रूप ना तेरा कोई रंग ना तेरी कोई अपनी बनतर तू संग कीता दुध दा दुध ने तेनू अपने ही रूप दे दिता तेनू अपने वर्गा बना लिया जी ने तेनू अपना रूप दिता अपना बना लिया कुर्बान हो जाओ दे पिछे अज के आखो साधना ओनू तेरे जीवदे हाथ लग जावे जिने तेनू पानी तो दुध बना दिता अपने विच समा ले अपने ही रूप दे दिता तू ओनू हाथ लगण दवे। गुरु दे प्यारे अपने नाल गुरु ने घट कीती है जिमें पानी नूं दुध ने अपना रूप दिता साडे सतगुरां ने भी खालसे नूं अपना रूप दिता है की कीमत सी साडी उरे सानूं तां नाई धोबी छींबे सूदर कह के पुकारदी सी इह हिंदुस्तान दी धरती जिनकी जात गोत कुल माही सरदारी ना पई कदाही तिन्ही को सरदार बनाऊ तब गोविंद सिंह नाम कहाऊ पर किन्ना एहसान है सानू किन्ना धन्यवाद किया गुरु ने सानू नीवे नू अपना स्वरूप दिता खालसा मेरो रूप है खास ऐसी प्रीत। एक और प्रमाण मेरे गुरुदेव दंदे ने पंचम पातशाह जिन्हों का शहीदी दिन मना रहे आप रे मन ऐसी कर सिउ प्रीत कर कहो जी जिहो जी भावरे दी ते फुल दी है हिच तारे के कहने सुगंधी लंदा भावरा फुला ते फुला नू प्यार करदा है प्यार ता इत्थे दुनिया कुत्ते बिल्लियां नू भी करदी फिरदी है प्यार किहनू नहीं करदे आप पर किते प्यार होवे भावर दा ते फुल दा प्यार
की लिखिया दे प्यार बाब तनासरी विच गुरु अर्जन देव जी ने, बिन जल प्राण तजे है मीना, जिन जल सिऊ खेत बढ़ायो तमल खेत बिगस्यो है भवरायो, उन मार्ग निकस न पायो। कमल फुल खिड़दा है सूरज दी किरण नाल अमृत वे, ते जाके पौरा कमल दे उत्ते बह जांदा है, मकरंद ओदी सुगंधी दा रस, उन्हूं मकरंद कहिंदे ने। अलियल गुंजात है, अलियल पौरा पहला तुहानूं वेख ही गूंजा पाउण लग जांदा है, ये अपने प्यारे नूं देखिया नहीं या गीत गाउण लग्या नहीं। इसे प्यारे दे गीत जे तड़के कि लाउड स्पीकर च सुन जाने, कहणगे किथे रौला पाया है, इत्थे प्यारे दे गीत होर तरह ने लगदे। इत्थे प्यारे दे गीत नहीं चंगे लगदे, इत्थे प्यारियां दे गीत चंगे लगदे, जिथे तूंबा चजदा होवे ओह गीत चंगे लगदे। अगे कोई घराने की बीबी होवे जिहदा जीवन उच्चा होवे, नेक चाल चलन होवे, करनी कमाई वाली कोई कुड़ी होवे, उन्हूं बीबा कहा जांदा सी। ते हुण तां बीबियां ने किताबां भरियां पईआं लिखिआ, हुण ते तोड़ा ही नहीं रहा, हुण ते थां पर तां गुणां दी बाणी किथे मिठी लगे तैनूं, नहीं मिठी। जल दर्शन कीते ना अपने प्यारे दे, अलियल गुंजात गूंजा पातीआं, प्यारे दे दर्शन वेख मेरा प्यारा फुल दे गया, मैनू गाउन लग गया, गुंजार पा दित्ती, बैठ गया, ऐसा मस्त होया उस मकरंद रस विच। दुपहरा भी लंघ गया, तीजा पैर भी लंघ गया, शामा पै गई, प्रीत थोड़ी तो गल हो रही है, तो इस दस बजे उत्ते जे पंज